ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਬਾਲੀਵੁੱਡ ਜਿੱਥੇ ਵੈਡਿੰਗ ਸੀਜ਼ਨ ਪੂਰੇ ਜ਼ੋਰਾਂ ਤੇ ਹੈ ਉੱਥੇ ਹੀ ਇੱਕ ਹੋਰ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਜੀ ਹਾਂ ਇਹ ਖੁਸ਼ਖਬਰੀ ਆਈ ਹੈ ਇੱਕ ਕੁੜੀ ਪੰਜਾਬ ਦੀ ਦੇ ਘਰੋਂ ਪੰਜਾਬੀ ਅਦਾਕਾਰਾ ਜਸਪਿੰਦਰ ਚੀਮਾ ਅਤੇ ਗੁਰਜੀਤ ਸਿੰਘ ਜਲਦ ਹੀ ਮਾਤਾ ਪਿਤਾ ਬਣਨ ਜਾ ਰਹੇ ਹਨ ਇਸ ਬਾਰੇ ਜਾਣਕਾਰੀ ਉਹਨਾਂ ਨੇ ਸੋਸ਼ਲ ਮੀਡੀਆ ਤੇ ਤਸਵੀਰਾਂ ਸਾਂਝੀ ਕਰਕੇ ਦਿੱਤੀ ਹੈ ਇਹਨਾਂ ਤਸਵੀਰਾਂ 'ਚ ਦੋਵੇਂ ਕਾਫੀ ਖੁਸ਼ ਲੱਗ ਰਹੇ ਹਨ ਤੇ ਜਸਪਿੰਦਰ ਚੀਮਾ ਦਾ ਬੇਬੀ ਬੰਪ ਵੀ ਨਜ਼ਰ ਆ ਰਿਹਾ ਹੈ ਜਸਪਿੰਦਰ ਨੇ ਆਪਣਾ ਫਿਲਮੀ ਕਰੀਅਰ ਇੱਕ ਕੁੜੀ ਪੰਜਾਬ ਦੀ ਫਿਲਮ ਤੋਂ ਸ਼ੁਰੂ ਕੀਤਾ ਸੀ ਤੇ ਗੁਰਜੀਤ ਸਿੰਘ ਐਂਕਰਿੰਗ ਤੋਂ ਬਾਅਦ ਐਕਟਿੰਗ ਫੀਲਡ 'ਚ ਆਏ ਸਨ ਗੇਲੋ ਫਿਲਮ ਦੇ ਸੈੱਟ ਤੋਂ ਦੋਨਾਂ ਦੀ ਲਵ ਸਟੋਰੀ ਸ਼ੁਰੂ ਹੋਈ ਤੇ ਫਿਰ ਲਾਵਾਂ ਲੈ ਕੇ ਦੋਵੇਂ ਇੱਕ ਦੂਜੇ ਦੇ ਹਮਸਫ਼ਰ ਬਣ ਗਏ ਤੇ ਗੁਰਪੁਰਬ ਮੌਕੇ ਦੋਨਾਂ ਨੇ ਇਸ ਖੁਸ਼ੀ ਨੂੰ ਆਪਣੇ ਫੈਨਸ ਨਾਲ ਸਾਂਝਾ ਕੀਤਾ ਹੈ ਤੇ ਇੰਨਾ ਪਿਆਰ ਦੇਣ ਲਈ ਸਭ ਦਾ ਧੰਨਵਾਦ ਕੀਤਾ ਹੈ ਪੰਜਾਬੀ ਬਾਲੀਵੁੱਡ ਦੀ ਸਾਰੀ ਟੀਮ ਵੱਲੋਂ ਵੀ ਦੋਨਾਂ ਨੂੰ ਬਹੁਤ ਬਹੁਤ ਵਧਾਈਆਂ ਤੇ ਮਨੋਰੰਜਨ ਜਗਤ ਦੀ ਅਜਿਹੀਆਂ ਹੋਰ ਅਪਡੇਟਸ ਲਈ ਸਬਸਕ੍ਰਾਈਬ ਕਰੋ ਪੰਜਾਬੀ ਬਾਲੀਵੁੱਡ।